ਕਿਉਂ ਨਹੀਂ ਕਰ ਰਹੇ? ਪਤਾ ਨਹੀਂ, ਕਹਿੰਦੇ ਚਿੱਟਾ ਮੁੱਕਣੀਆਂ ਜਾਂ ਕਦੀ ਕੋਸ਼ ਕਰਦੇ ਚਿੱਟਾ ਦਾ ਲਾਰਾ ਲਾ ਦਿੰਦੇ, ਕਦੀ ਮੰਨ ਲਓ ਲੋਏ ਵਾਲੇ ਨਹੀਂ ਬੈਠੇ, ਬਸ ਇੱਦਾਂ ਕਹਿ ਰਹੇ ਜੀ। ਜਨਤਾ ਸਾਰੀ ਇੱਥੇ ਬਹੁਤ ਜ਼ਿਆਦਾ ਖਰਾਬ ਹੋ ਰਹੀ ਜੀ। ਕਿੰਨੀ ਕੁ ਜਨਤਾ ਪਹੁੰਚੀ ਹੋਈ ਹੈ ਇੱਥੇ? 100-150 ਬੰਦਾ ਪਹੁੰਚਿਆ ਜੀ। ਤੇ ਪਰਚੀ ਕਟਵਾਈ ਤੁਸੀਂ ਪਹਿਲਾਂ? ਹਾਂਜੀ, ਪਰਚੀ ਕਟਵਾਈ ਹੋਈ ਜੀ। ਤੇ ਤੁਹਾਨੂੰ ਉਹਨਾਂ ਨੇ ਪਹਿਲਾਂ ਦੱਸਿਆ ਵੀ ਸਮਾਨ ਖਤਮ ਹੈ ਨਾਗਟੋਆ ਕੁਛ ਹੋਰ? ਬਿਲਕੁਲ ਨਹੀਂ ਦੱਸਿਆ, ਕਹਿੰਦੇ ਵੀ ਸਾਨੂੰ 5 ਦਿਨ ਤੋਂ ਲਾਰੇ ਲਾ ਰਿਹਾ ਵੀ ਕੱਲ੍ਹ ਆ ਜਾਓ, ਕੱਲ੍ਹ ਤੁਹਾਡੇ ਕਰ ਦਿਆਂਗੇ। ਜੇ ਮੰਨ ਲਓ ਕੱਲ੍ਹ ਆਉਣੇ ਤੇ ਕਹਿੰਦੇ ਪਰਸੋਂ ਆ ਜਾਓ, ਪਰਸੋਂ ਤੁਹਾਡਾ ਕਰ ਦਿਆਂਗੇ, ਪਰਸੋਂ ਉਹਨੇ ਬੁੱਧਵਾਰ ਆ ਜਾਓ, ਵੀਰਵਾਰ ਆ ਜਾਓ, ਇੱਦਾਂ ਕਰਕੇ ਲਾਰੇ ਲਾ ਰਹੇ ਆ। ਇਸ ਤੋਂ ਪਹਿਲਾਂ ਵੀ ਤੁਸੀਂ ਆ ਚੁੱਕੇ ਹੋ? ਹਾਂਜੀ, 2-3 ਵਾਰ ਆ ਚੁੱਕੇ। ਮੇਰਾ ਨਾਮ ਗੁਰਦਰਸ਼ਨ ਸਿੰਘ ਹੈ, ਰੋਡੇ ਤੇ ਮੇਰੇ ਡੈਡੀ ਦੇ ਨਾਲ ਲਾਇਸੈਂਸ ਜਾ ਰਿਹਾ ਜੀ 12-315। ਉਹਦੇ ਲਈ ਸਾਨੂੰ ਜੀ ਅਸੀਂ ਨਿਊ ਕਰਾਉਣਾ ਸੀਗਾ। ਸਾਨੂੰ SHO ਸਾਹਿਬ ਮਾਨਸਾਰਾ ਵਾਲੇ ਕਹਿੰਦੇ ਜੀ ਮੋਗੇ ਜਾ ਕੇ ਕਰਾ ਕੇ ਆਓ। ਅਸੀਂ ਜੀ 15 ਦਿਨ ਤੋਂ ਇੱਥੇ ਇਹਨਾਂ ਦੇ ਗੇੜੇ ਮਾਰ ਰਹੇ ਹਾਂ, ਸਾਡੀ ਕੋਈ ਕਾਰਵਾਈ, ਕੋਈ ਸੁਣਵਾਈ ਨਹੀਂ ਹੋ ਰਹੀ ਇੱਥੇ। ਉਲਟਾ ਸਾਨੂੰ ਕਹਿੰਦੇ ਜੀ ਤੁਸੀਂ ਇੱਥੇ ਉਨੇ ਵਾਰ ਵਾਰ ਗੁੰਡਾਗਰਦੀ ਕਰ ਰਹੇ ਹਾਂ। ਅਸੀਂ ਕੀ ਕਰੀਏ ਜੀ, ਕੰਮ ਕਾਰ ਛੱਡ ਕੇ ਸਾਰੇ ਫੀਸ ਜਮ੍ਹਾਂ ਕਰਾ ਚੁੱਕੇ ਹਾਂ, ਉਨੇ ਦੀਆਂ ਸਾਡੀਆਂ ਰਫਲਾਂ ਨਹੀਂ ਜਿੰਨੇ ਅਸੀਂ ਨਿਊ ਦੇ ਪੈਸੇ ਲਾ ਚੁੱਕੇ ਹਾਂ। 15-15 ਹਜ਼ਾਰ ਰੁਪਇਆ ਸਾਡਾ ਹੁਣ ਤਾਂ ਹੀ ਖਰਚਾ ਆ ਚੁੱਕਿਆ ਜੀ। ਕਿੰਨੀ ਫੀਸ ਕਿੰਨੀ ਜਮ੍ਹਾਂ ਕਰੀ? ਅੰਦਰ ਖਾਤੇ ਕਹਿੰਦੇ 500 ਹਜ਼ਾਰ ਕਹਿੰਦੇ ਦਿਓ, ਫਿਰ ਸਾਡਾ ਅਸੀਂ ਤਾਂ ਤੁਹਾਡੇ ਕੰਮ ਤਾਂ ਕਰਾਂਗੇ। ਕਿਹੜੇ ਬੰਦੇ ਨੇ ਤੁਹਾਨੂੰ ਕਿਹਾ ਪੈਸੇ ਦੀ ਮੰਗ ਕੀਤੀ ਹੈ? ਕੋਈ ਇੱਥੇ ਅੰਦਰ ਖਾਤੇ ਪੈਸੇ ਲੈ ਕੇ ਕੰਮ ਕਰੀ ਜਾਂਦੇ, ਜਿਹੜੇ ਆਮ ਲੋਕੀ ਉਹ ਹੀ ਖੱਜਲ ਖੁਆਰ ਹੋ ਰਹੇ ਆ, ਤੁਸੀਂ ਆਪ ਦੇਖ ਸਕਦੇ ਹੋ। ਕਿੰਨੇ ਕੁ ਲੋਕ ਪਹੁੰਚੇ ਹੋਏ ਇੱਥੇ? ਇੱਥੇ ਤਕਰੀਬ ਗਿਣਤੀ ਅਸਲੇ ਵਾਲਿਆਂ ਦੀ 250 ਗਿਣਤੀ ਹੈਗੀ ਹੈ। ਤੁਸੀਂ ਇਹਦੀ ਸ਼ਿਕਾਇਤ ਜਿਹੜੀ ਹੈ ਵੱਡੇ ਅਧਿਕਾਰੀ ਨੂੰ ਕੀਤੀ? ਅਸੀਂ SHO ਸਾਹਿਬ ਨੂੰ, ਸਮਾਨਸਰ ਵਾਲਿਆਂ ਨੂੰ ਫੋਨ ਲਾਇਆ ਸੀ, ਉਹ ਕਹਿੰਦੇ ਸੰਬੰਧਿਤ ਡਾਕਟਰ ਨਾਲ ਗੱਲ ਕੀਤੀ ਹੋਵੇ। ਕੀਤੀ ਤੁਸੀਂ ਗੱਲ ਕਿਸੇ ਨਾਲ? ਅਸੀਂ ਗੱਲ ਕੀਤੀ ਸੰਬੰਧਿਤ ਡਾਕਟਰ, ਕੋਈ ਉੱਥੇ ਅਧਿਕਾਰੀ ਸਾਨੂੰ ਮਿਲ ਹੀ ਨਹੀਂ ਰਿਹਾ, ਉਲਟਾ ਸਾਡੇ ਗੱਲ ਪੈ ਰਹੇ ਆ ਜੀ। ਟੋਪਿਕ ਕਰਾਉਣਾ ਹੈ ਜੀ, ਅਸਲਾ ਜੂ ਕਰਨ ਵਾਸਤੇ ਮੈਨੂੰ ਅਰਦਾਸ ਹੁੰਦੀ ਜੀ। ਮੈਂ ਲਗਾਤਾਰ ਮੈਂ ਸੁਹਾਰਾ ਦੀ ਮੰਗ ਕਰੀ, ਉਲਟਾ ਹੁਣ ਸਾਨੂੰ ਕਹਿੰਦੇ ਬਾਹਰ ਕੱਢ, ਅਸੀਂ ਨਹੀਂ ਕਰਨਾ, ਕਰੋ ਜੋ ਵੀ ਕਰਨਾ। ਅਜੇ 3 ਦਿਨ ਹੋ ਗਏ ਸਾਨੂੰ ਉਦੋਂ ਟੋਪ ਦੇ ਸੀ ਖਾਤਰ, ਹਜੇ ਕੋਈ ਜਾਣਕਾਰੀ ਨਹੀਂ ਇੱਥੇ। ਬਸ ਚਲੋ ਕੰਮ ਛੱਡੋ, ਤੋਂ ਹੜ ਵੀ ਬਹੁਤ ਸਾਹਿਬ ਤੋਂ ਮਸ਼ੀਨਾਂ ਚੱਲਦੀਆਂ, ਟੋਪ ਰੇਤੇ ਤੁਰੇ ਫਿਰਦੇ ਆ। ਕਾਹਦਾ ਟੋਪ ਟੈਸਟ ਕਰਾਉਣ ਆਏ ਹੋ? ਅਸਲਾ ਨਿਊ ਕਰਾਉਣ ਦੀ ਖਾਤਰ। ਕਿੰਨੇ ਕੁ ਇੱਥੇ ਲੋਕ ਪਹੁੰਚੇ ਹੋਏ ਆ? ਕਿੰਨੇ ਕੁ ਲੋਕ ਪਹੁੰਚੇ ਹੋਏ ਇੱਥੇ? ਹੁਣ ਤਾਂ 250 ਬੰਦਾ ਖੜਾ ਇੱਥੇ ਸਾਰਾ। ਤੇ ਹੋ ਰਹੇ ਕਿ ਨਹੀਂ ਹੋ ਰਹੇ? ਕੋਈ ਨਹੀਂ ਹੋ ਰਿਹਾ ਜੀ, ਸਾਰੇ ਮੁੜੀ ਜਾਂਦੇ ਆ ਇੱਥੋਂ। ਕਿੱਟਾਂ ਸਾਡੇ ਕੋਲ 200 ਹੈਗੀਆਂ, ਕੱਲ੍ਹ ਵੀ ਟੈਸਟ ਹੋਏ ਆ 40-50 ਦੇ ਆਸ ਪਾਸ, ਅਤੇ ਅੱਜ ਵੀ ਟੈਸਟ ਹੋ ਰਿਹਾ। ਲੋਕਾਂ ਨੂੰ ਕਿਹਾ ਵੀ ਜਿਹੜਾ ਨੰਬਰ ਲੱਗ ਕੇ ਸਾਰੇ ਟੈਸਟ ਇੱਕ ਦਿਨ 'ਚ ਨਹੀਂ ਹੋ ਸਕਦੇ, ਇਹ 40-50 ਜਿਹੜੇ ਟੈਸਟ ਹੁੰਦੇ ਆ ਲੋਕਾਂ ਦੇ, ਔਰ ਉਸ ਤੋਂ ਬਾਅਦ ਅਸੀਂ ਡੇਟ ਵਗੈਰਾ ਦੇ ਰਹੇ ਇਹਨਾਂ ਨੂੰ ਸਾਰਿਆਂ ਨੂੰ, ਤਾਂ ਕਿ ਹੋਸਪਿਟਲ ਦਾ ਬਾਕੀ ਕੰਮ ਵੀ ਜਿਹੜਾ ਲੈਬ ਦਾ ਸਫ਼ਰ ਨਾ ਹੋਵੇ। ਕਾਫੀ ਲੋਕਾਂ ਦੇ ਵਿੱਚ ਗੁੱਸਾ ਦਿਖਾਈ ਦੇ ਰਿਹਾ ਸੀਗਾ, ਕਹਿੰਦੇ ਪੈਸੇ ਮੰਗ ਰਹੇ ਹੈਗੇ, ਕੀ ਗੱਲ? ਨਹੀਂ, ਇਹ ਤਾਂ ਕੋਈ ਐਵੇਂ ਗਲਤ ਹੈ ਗੱਲ, ਜੋ ਸਰਕਾਰੀ ਫੀਸ ਹੈਗੀ ਉਸ ਜਮ੍ਹਾਂ ਕਰਾਉਣ ਤੋਂ ਬਾਅਦ ਜਿਹੜੀ ਹੈ ਉਹ ਡੋਪ ਟੈਸਟ ਕੀਤਾ ਜਾ ਰਿਹਾ। ਹਾਂਜੀ, ਇਹ ਥੋੜ੍ਹਾ ਜਿਹਾ ਲੋਕ ਜਿਹੜੇ ਪਰੇਸ਼ਾਨ ਕਰਦੇ ਆ ਬਾਰ ਬਾਰ, ਸਾਡੇ ਨੋਰਮਲ ਕੰਮ ਜਿਹੜਾ ਰੂਟੀਨ ਕੰਮ ਹੈ ਲੈਬ ਦਾ ਉਹ ਵੀ ਸਫ਼ਰ ਕਰਦਾ ਇਹਨਾਂ ਨਾਲ, ਹੁਣ ਇਸ ਕਰਕੇ ਥੋੜ੍ਹਾ ਜਿਹਾ ਅਸੀਂ ਇਹਨਾਂ ਨੂੰ ਕਿਹਾ ਵੀ ਚੈਨਲਾਈਜ਼ ਹੋ ਕੇ ਲਾਈਨ 'ਚ ਖੜ ਕੇ ਆਪਣਾ ਕੰਮ ਕਰਾਓ, ਵਾਰੀ ਸਿਰ ਸਾਰਿਆਂ ਦਾ ਕੰਮ ਹੋਏਗਾ। ਕਿੰਨੇ ਡੋਪ ਟੈਸਟ ਡੇਲੀ ਕਰਨ ਦੀ ਸੰਭਾਵਨਾ? 40-50 ਤੱਕ ਹੋ ਜਾਣਗੇ ਜੀ ਟੈਸਟ।